ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ MP ਗੁਰਜੀਤ ਸਿੰਘ ਔਜਲਾ ਨੇ ਹਲਕਾ ਪੂਰਵੀ ਦੇ ਇਕਲੌਤੇ ਪਿੰਡ ਮੁੱਦਲ ਦੇ ਸਰਬਪੱਖੀ ਵਿਕਾਸ ਲਈ 3 ਕਰੋੜ ਦੇਣ ਦਾ ਐਲਾਨ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ, ਜਿਸ ਵਿੱਚ ਸਿੱਧੂ ਨੇ ਆਪਣੇ ਕੋਟੇ 'ਚੋਂ 2 ਕਰੋੜ ਰੁਪਏ ਤੇ MP ਫੰਡ 'ਚੋਂ ਔਜਲਾ ਨੇ 1 ਕਰੋੜ ਦਿੱਤਾ। ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਮੁੱਦਲ ਦੀਆਂ ਮੁਸ਼ਕਲਾਂ ਦਾ ਖਾਤਮਾ ਹੋ ਜਾਵੇਗਾ, ਕਿਉਂਕਿ ਜਿਨ੍ਹਾਂ ਕੰਮਾਂ ਵਾਸਤੇ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਉਸ ਨਾਲ ਪਿੰਡ ਦੇ ਸਮੁੱਚੇ ਵਿਕਾਸ ਕਾਰਜ, ਜਿਨ੍ਹਾਂ 'ਚ ਗਲੀਆਂ ਨਾਲੀਆਂ, ਬਿਜਲੀ ਸੁਧਾਰ, ਬਾਜ਼ਾਰ ਆਦਿ ਤੋਂ ਇਲਾਵਾ ਹੋਰ ਕੰਮ ਕੀਤੇ ਜਾਣਗੇ। ਸੋ ਇਸ ਕਰਕੇ ਇਹ ਸਾਡੀ ਜ਼ਿੰਮੇਦਾਰੀ ਹੈ ਹੁਣ, ਔਰ ਜ਼ਿੰਮੇਦਾਰੀ ਜਿਹੜੀ ਹੈ, ਉੱਤਰਦਾਇਤਵ ਜਿਹੜਾ ਹੈ ਉਹ ਯੋਗਤਾ ਨਾਲ ਚੱਲਦਾ ਔਰ ਸ਼ਕਤੀ ਨਾਲ ਚੱਲਦਾ। ਸ਼ਕਤੀ ਇਹਨਾਂ ਲੋਕਾਂ ਨੇ ਦਿੱਤੀ ਹੈ ਸਾਨੂੰ ਯੋਗ ਸਮਝ ਕੇ, ਹੁਣ ਕਿੰਨੇ ਕੁ ਯੋਗ ਹਾਂ ਅਸੀਂ ਇਹ ਪਤਾ ਲੱਗੂ ਸਾਡੇ ਕੰਮਾਂ ਨਾਲ। ਇਸੇ ਕਰਕੇ ਤੁਸੀਂ ਦੇਖਿਆ ਅੱਜ ਮੈਂ ਭਾਸ਼ਣ ਪੂਜਣੀ, ਨਹੀਂ ਤਾਂ ਮੈਂ ਅੱਧਾ ਘੰਟਾ ਵੀ ਬੋਲ ਸਕਦਾ, ਅਤੇ ਮੈਂ ਅੱਜ ਇੰਨੀ ਉਹ ਗੱਲ ਕੀਤੀ ਹੈ ਵੀ ਅਸੀਂ ਕਰਨਾ ਕੀ ਚਾਹੁੰਦੇ ਹਾਂ। ਇਹਨਾਂ ਦੇ ਜਿਹੜੇ ਕੰਮਾਂ ਦੇ ਟੈਂਡਰ ਨੇ 2 ਕਰੋੜ ਰੁਪਈਏ ਦੇ ਇੰਪਰੂਵਮੈਂਟ ਟਰੱਸਟ ਤੋਂ ਕੈਪਟਨ ਸਾਹਿਬ ਤੋਂ ਮਨਜ਼ੂਰੀ ਕਰਵਾ ਕੇ ਅਸੀਂ ਪਹਿਲਾਂ ਹੀ ਅਨਾਊਂਸ ਕਰਵਾ ਲਿਆ ਸੀਗਾ, ਉਹ 2 ਕਰੋੜ ਰੁਪਈਏ ਦੇ ਟੈਂਡਰ ਕੱਲ੍ਹ ਨੂੰ ਲੱਗ ਜਾਣਗੇ। ਇੱਥੇ ਮੇਰਾ SDO ਆਇਆ ਹੋਇਆ, ਜੋ ਕੁਛ ਵੀ ਇਹਨਾਂ ਨੇ ਕਿਹਾ ਇਹ ਪਹਿਲੇ ਸੱਟੇ 3 ਕਰੋੜ ਦੇ ਵਿੱਚ, ਫਿਰ MP ਸਾਹਿਬ ਤੋਂ 1 ਕਰੋੜ ਰੁਪਈਆ ਹੋਰ ਲਵਾਂਗੇ, ਕਿਉਂਕਿ ਜਿਹੜਾ ਪਿੰਡ ਅਡੋਪਟ ਹੁੰਦਾ ਉਹਦੇ 'ਚ ਮੈਨੂੰ ਲੱਗਦਾ MPLAT ਫੰਡ 'ਚੋਂ 2 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਉੱਥੇ ਵਿਕਾਸ ਹੁੰਦਾ। ਇੱਥੇ ਤਾਂ ਮਤਲਬ ਇੱਕ ਨਾਲ ਇੱਕ ਫ੍ਰੀ ਹੈ, ਜੇ MP ਨੇ 2 ਕਰੋੜ ਦਿੱਤੇ ਆ ਤਾਂ ਨਾਲ MLA ਦੇ ਨਾਲ 2 ਕਰੋੜ ਰੁਪਈਏ ਦੇ, ਕਿਉਂਕਿ MP ਦੇ ਨਾਲ MLA ਹੁਣ ਮੰਤਰੀ ਹੈ, ਇਸ ਕਰਕੇ ਆਪਣੇ ਫੰਡ 'ਚੋਂ ਵੀ ਦੇ ਸਕਦਾ। ਇਸ ਕਰਕੇ ਮੁੱਢਲਾ 4 ਕਰੋੜ ਰੁਪਈਆ ਇਸ ਪਿੰਡ ਨੂੰ ਅਸੀਂ ਦੇ ਕੇ ਚੱਲੇ ਹਾਂ, 2 ਕਰੋੜ ਰੁਪਈਆ ਗੁਰਜੀਤ ਜੀ ਵੱਲੋਂ ਅਤੇ 2 ਕਰੋੜ ਰੁਪਈਆ ਅਸੀਂ ਕੈਪਟਨ ਸਾਹਿਬ ਵੱਲੋਂ ਔਰ ਸਾਡੇ ਆਪਦੇ MPLAT ਜਿਹੜਾ ਫੰਡ ਦੇ ਇਲਾਵਾ ਜੋ ਇੱਕ MLA ਸਥਾਨਕ ਸਰਕਾਰਾਂ ਦਾ MLA। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।